ਅੱਜ ਸ਼ਹੀਦ ਬਾਬਾ ਜੀਵਨ ਸਿੰਘ ਨਿਸਕਾਮ ਸੇਵਾ ਸਟੈਟੀ ਵੱਲੋਂ ਸਮੂਹ ਨਗਰ ਕੀਰਤਨ ਦਿੱਲੀ ਨੂੰ ਰਵਾਨਾ ਕੀਤਾ ਗਿਆ। ਸ਼ਹੀਦ ਬਾਬਾ ਜੀਵਨ ਸਿੰਘ ਨਿਸਕਾਮ ਸੇਵਾ ਸਟੈਟੀ ਦੇ ਚੇਅਰਮੈਨ ਸਰਦਾਰ ਅਮਰੀਕ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਹ ਨਗਰ ਕੀਰਤਨ 5 ਸਤੰਬਰ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਵਿੱਚ ਸ਼ਾਮਲ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਨੂੰ ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾਂ ਵਾਲੇ ਤੋਂ ਜੋ ਅਸੀਂ ਨਗਰ ਕੀਰਤਨ ਲੈ ਕੇ ਜਾ ਰਹੇ ਹਾਂ, ਉਹ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅਮਰੀਕ ਸਿੰਘ ਸ਼ੇਰਗਿੱਲ ਚੇਅਰਮੈਨ ਅਤੇ ਬਾਬਾ ਭੁਪਿੰਦਰ ਸਿੰਘ ਸਰਪ੍ਰਸਤ ਦੀ ਪ੍ਰਬੰਧਾਂ ਹੇਠ ਜੋ ਨਗਰ ਕੀਰਤਨ ਜਾਣਾ ਹੈ, ਇਹ 3 ਦਿਨ ਦਾ ਜਿਹੜਾ ਸਫ਼ਰ ਹੈ। ਚੌਥੇ ਦਿਨ 5 ਤਰੀਕ ਨੂੰ 5 ਸਤੰਬਰ ਨੂੰ ਅਸੀਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਅਰਦਾਸ ਵਿੱਚ ਸ਼ਾਮਲ ਹੋਵਾਂਗੇ। ਸਾਧ ਸੰਗਤ ਜਿਹੜੀ ਅੱਜ ਸਹਿਯੋਗ ਕਰ ਰਹੀ ਹੈ ਉਹਨਾਂ ਨੂੰ ਵਧਾਈ ਦਿੰਦਾ ਹਾਂ। 5 ਤਰੀਕ ਦਾ ਜਿਹੜਾ ਹੈ ਬਾਬਾ ਜੀ ਦਾ, ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਜੀ ਦਾ ਜਨਮ ਦਿਹਾੜਾ ਹੈ, ਜੋ ਸਰਕਾਰ ਨੇ ਰਾਖਵੀਂ ਛੁੱਟੀ ਦੇ ਕੇ ਮੰਨਿਆ ਹੋਇਆ ਹੈ। ਲਗਾਤਾਰ ਇਹ ਜਿਹੜਾ ਹੈ 2000 ਤੋਂ ਇਹ ਚੇਤਨਾ ਮਾਰਚ ਬਿਨਾਂ ਕਿਸੇ ਨਾਗੇ ਤੋਂ ਅਸੀਂ ਇਹ ਲਿਖ ਕੇ ਜਾ ਰਹੇ ਹਾਂ। 18ਵਾਂ ਚੇਤਨਾ ਮਾਰਚ ਹੈ। 18ਵੀਂ ਚੇਤਨਾ ਮਾਰਚ ਵਿੱਚ ਅਸੀਂ ਆਪਣੀ ਸੁਸਾਇਟੀ ਵੱਲੋਂ ਮੰਗ ਪੱਤਰ ਦੇ ਕੇ ਵੱਖ ਵੱਖ ਪ੍ਰਾਪਤੀਆਂ ਕੀਤੀਆਂ ਨੇ, ਜਿਨ੍ਹਾਂ ਵਿੱਚ ਦਿੱਲੀ ਸ਼ੀਸ਼ਗੰਜ ਗੁਰਦੁਆਰੇ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਂ ਦਾ ਲੰਗਰ ਹਾਲ ਦਾ ਨਾਂ ਰੱਖਿਆ ਗਿਆ। ਕੁਲਦੀਪ ਸਿੰਘ ਬਿੱਟੂ ਧਾਰੜ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਅੰਮ੍ਰਿਤਸਰ।